ਸਰਿੰਦਰ ਸਿੰਘ ਇਹ ਐਸ ਆਈ ਜੀ ਹਾਂਜੀ ਆ ਨਾਕੇ ਦੌਰਾਨ ਜਿਹੜਾ ਬੰਦਾ ਗਿਆ ਭਜਾ ਕੇ ਕੀ ਹੈ ਜੀ ਸਾਰਾ ਨਾਕਾ ਲਾਇਆ ਸੀ ਨਾਕੇ ਦੌਰਾਨ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਇਹ ਤਾਂ ਗੱਡੀ ਇੱਥੋਂ ਭਜਾ ਕੇ ਲੈ ਕੇ ਗਿਆ ਅਗਲੇ ਪਾਸੇ ਨਾਕੇ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਗੱਡੀ ਘੇਰੀ ਜਾ ਸਕਦੀ ਆ ਗੱਡੀ ਆ PB 4620 ਪੜਨ 'ਚ ਆਇਆ ਗਾ ਜਿਹੜਾ ਅਗਲੇ ਪਾਸੇ ਨਾਕੇ ਨੂੰ ਇਨਫੋਰਮੇਸ਼ਨ ਕਰਤੀ ਆ ਫੜੀ ਜਾਏਗੀ ਗੱਡੀ ਕੋਸ਼ਿਸ਼ ਬੜੀ ਕੀਤੀ ਭਜਾ ਕੇ ਲੈ ਗਿਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਵੀ ਉਹਦੇ ਵਿੱਚ ਕੋਈ ਨਾ ਕੋਈ ਤੇ ਗਲਤੀ ਹੋਏਗੀ ਜਿਹੜਾ ਉਹ ਗੱਡੀ ਭਜਾ ਕੇ ਲੱਗਿਆ ਕੋਈ ਗੁਨਾਹ ਹੋਊਗਾ ਤੇ ਤਾਂ ਹੀ ਭਜਾਈ ਉਸ ਤਰ੍ਹਾਂ ਗੱਡੀ ਭਜਾਉਣ ਦਾ ਮਤਲਬ ਕੋਈ ਨਹੀਂ ਆ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਲੋਕਾਂ ਨੂੰ ਅਪੀਲ ਇਹ ਹੈ ਕਿ ਨਾਕੇ ਦੌਰਾਨ ਜਦੋਂ ਹੱਥ ਦਿੱਤਾ ਜਾਂਦਾ ਹੈ ਰੋਕਣ ਆਪਣੀ ਜੇ ਕੋਈ ਦੁੱਖ ਤਕਲੀਫ ਹੈ ਦੱਸਣ ਪਰੇਸ਼ਾਨ ਥੋੜ੍ਹਾ ਕਰਨ ਡੇ ਅਸੀਂ ਤਾਂ ਸੁਰੱਖਿਆ ਵਾਸਤੇ ਵੀ ਗੱਡੇ ਹਾਂ ਕੋਈ ਗੱਲ ਨਹੀਂ ਜੀ ਅਸੀਂ ਤਾਂ ਨਹੀਂ ਮਗਰ ਭੱਜ ਜਾਈਏ ਸੱਟ ਪੇੜਨਾ ਲੱਗ ਜਾਏ ਜੀ ਕੋਈ ਗੱਲ ਨਹੀਂ ਸਾਡੇ ਥਾਂ ਥਾਂ ਨਾਕੇ ਲੱਗੇ ਅੱਗੇ ਐਸ ਪੀ ਮੈਡਮ ਸਾਹਿਬ ਸਾਡੇ ਖਲੋਤੇ ਆ ਜੀ ਉਹਨਾਂ ਨੂੰ ਇਨਫੋਰਮ ਕਰਤਾ ਵਾ ਉੱਥੇ ਘਿਰੀ ਜਾਏਗੀ ਕੋਈ ਗੱਲ ਨਹੀਂ ਜੀ PB 4620 63 063 063 0 ਨਹੀਂ ਅਸੀਂ ਤਾਂ ਅਸੀਂ ਕਹੋ ਜੇ ਤੁਹਾਨੂੰ ਡੱਕਦੇ ਤੁਸੀਂ ਆਪਣੇ ਡਾਕੂਮੈਂਟ ਦਿਖਾਓ ਜੇ ਤੁਹਾਡੇ ਡਾਕੂਮੈਂਟ ਪੂਰੇ ਆ ਤਾਂ ਦਿਖਾ ਕੇ ਅੱਗੇ ਜਾਓ ਕੋਈ ਗੱਲ ਨਹੀਂ ਨਾ ਤੁਸੀਂ ਪਰੇਸ਼ਾਨ ਹੋਣਾ ਸਾਨੂੰ ਪਰੇਸ਼ਾਨ ਕਰੋ ਜੀ ਬਿਲਕੁਲ ਕਮੀ ਹੋਏਗੀ ਜੀ ਡਾਕੂਮੈਂਟ ਦੀ ਕਮੀ ਅਸੀਂ ਤਾਂ ਨਹੀਂ ਮਗਰ ਭੱਜਦਾ ਵੀ ਕਿ ਸੱਟ ਨਾ ਲੱਗ ਜਾਏ ਜੀ ਅੱਗੇ ਬੜੇ ਸਾਡੇ ਸਾਰੇ ਸ਼ਹਿਰ 'ਚ ਨਾਕੇ ਲੱਗੇ ਸੀਪੀ ਸਾਹਿਬ ਦੇ ਹੁਕਮ ਦੇ ਮੁਤਾਬਕ ਜੀ ਅੱਗੇ ਘਿਰਿਆ ਜਾਏਗਾ ਜੀ ਕੋਈ ਗੱਲ ਨਹੀਂ ਜੀ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਗਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਕਦੋਂ ਬਦਲੇਗੀ ਤਕਦੀਰ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸਵਾਤਨ ਦੁਸ਼ਮਣ ਦਾ ਖਾਤਮਾ ਪਤੀ ਪਤਨੀ 'ਚ ਝਗੜਾ ਤਲਾਕ ਕੇਸ ਵਿਦੇਸ਼ 'ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ ਸੁੱਖ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ 'ਚ ਤੜਫਦਾ ਵੇਖੋ ਗੁਰੂ ਕਾਦੀਰ ਜੀ 99151 68709